ਸਵਾਗਤ ਹੈ ਦੋਸਤੋ ਤੁਹਾਡੇ ਆਪਣੇ ਚੈਨਲ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਸੰਸਨੀਵਾਲ ਡੈਰੀ ਫਾਰਮ ਦੇ ਜੋ ਸੀਮਨ ਬੈਂਕ ਲੱਗਾ ਹੈ ਸਰਸ ਪਰਮ ਬਾਇਓਟੈਕ ਦੇ ਨਾਮ ਤੇ ਉਹਨਾਂ ਦੇ ਜਰਸੀ ਤੇ ਛਾਈਵਾਲ ਬੁੱਲ ਕਵਰ ਕੀਤੇ ਅੱਜ ਦੀ ਵੀਡੀਓ ਦੇ ਵਿੱਚ ਇਹਦੇ ਚ ਤੁਹਾਨੂੰ ਸਾਰੇ ਬੁੱਲਾਂ ਦਾ ਰਿਕਾਰਡ ਤੇ ਕੁਝ ਬੁੱਲ ਵਿੱਚੋਂ ਪ੍ਰੋਜਨਿ ਟੈਸਟਡ ਵੀ ਨੇ ਜਿਨ੍ਹਾਂ ਦੀਆਂ ਧੀਆਂ ਦੁੱਧ ਤੇ ਆਈਆਂ ਹੋਈਆਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਜਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਔਨ ਕਰ ਲਿਓ ਤਾਂ ਕਿ ਤੁਹਾਨੂੰ ਇਦਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਸਾਰਿਆਂ ਤੋਂ ਪਹਿਲਾਂ ਮਿਲ ਸਕਣ ਵੀਡੀਓ ਸਟਾਰਟ ਕਰਦੇ ਹਾਂ ਬੁੱਲ ਨੰਬਰ 1 ਕੇਸਰੀਓ ਤੋਂ ਜਿਹਦੀ ਮਾਂ ਅਰਚਨਾ ਤੇ ਬਰੀਡ ਇਹਦੀ ਛਾਈ ਵਾਲਾ ਇਹਦੀ ਮਾਂ ਦਾ ਜਿਹੜਾ ਪੀਕ ਦੁੱਧ 25 ਕਿਲੋ ਰਿਆ ਵਾ ਇਹ ਪੂਰੇ ਸੂਏ ਦਾ ਦੁੱਧ ਹੈ ਜਿਹੜਾ 4950 ਕਿਲੋ 350 ਦਿਨਾਂ ਦਾ ਜੇਕਰ ਇਸ ਬੱਲ ਦੀ ਧੀ ਦੇ ਦੁੱਧ ਦੀ ਗੱਲ ਕਰੀਏ ਤਾਂ ਪਹਿਲੇ ਸੂਏ ਇਹਦੀ ਧੀ ਨੇ 16 ਲੀਟਰ ਦੁੱਧ ਦਿੱਤਾ ਪੀਕ ਮਿਲਕ ਜਿਹੜਾ 16 ਕਿਲੋ ਰਿਆ ਤੇ ਇਸ ਬੱਲ ਦਾ ਪ्योर ਸਾਜਣ ਡੁਪਲੀਕੇਸੀ ਤੋਂ ਬਚਣ ਦੇ ਲਈ ਇਸ ਬੱਲ ਦੀ ਸੀਮਨਸਟਰਾ ਦੀ ਫੋਟੋ ਆਪਾਂ ਬਿਲਕੁਲ ਲਾਸਟ ਦੇ ਵਿੱਚ ਐਡ ਕਰ ਦਾਂਗੇ ਤੇ ਗੱਲ ਕਰਦੇ ਹਾਂ ਇਸ ਤੋਂ ਅਗਲੇ ਬੱਲ ਭੀਮ ਬਾਰੇ ਭੀਮ ਦੀ ਮਾਂ ਦਾ ਪੀਕ ਮਿਲਕ 23 ਕਿਲੋ 310 ਗ੍ਰਾਮ ਤੇ ਪੂਰੇ ਸੂਏ ਦਾ ਦੁੱਧ 5459 ਲੀਟਰ 350 ਦਿਨਾਂ ਦਾ ਤੇ ਭੀਮ ਦਾ ਪਿਓ ਤੇਜਸ ਤੇਜਸ ਬੁੱਲ ਵੀ ਕਾਫੀ ਮਸ਼ਹੂਰ ਹੋਇਆ ਸ਼ਾਈਵਾਲ ਦੇ ਵਿੱਚ ਇਹ ਦੋ ਅੱਗੇ ਗੱਲ ਕਰਦੇ ਆਪਾਂ ਬੁੱਲ ਨੰਬਰ 3 ਮਰੂਤੀ ਇਹਦੀ ਮਾਂ ਦਾ ਦੁੱਧ 23 ਕਿਲੋ ਪੀਕ ਦੇ ਉੱਤੇ ਰਿਹਾ ਵਾ ਪੂਰੇ ਸੂਏ ਦਾ ਦੁੱਧ 4500 ਲੀਟਰ 305 ਦਿਨਾਂ ਦਾ ਪਿਓਏ ਦਾ ਐਸ ਏ ਜੀ ਦਾ ਮਸ਼ਹੂਰ ਝੋਟਾ ਐਸ 39 ਛਾਈਵਾਲ ਨੂੰ ਪਿਆਰ ਕਰਨ ਵਾਲੇ ਤਕਰੀਬਨ ਸਾਰੇ ਦੋਸਤ ਜਾਣਦੇ ਹੀ ਐਸ 39 ਬਾਰੇ ਕਿਉਂਕਿ ਇਹ ਰੀਆ ਧੀਆਂ ਨੇ ਚੰਗਾ ਦੁੱਧ ਦਿੱਤਾ ਫੀਲਡ ਦੇ ਵਿੱਚ ਐਸ 39 ਰੀਆਂ ਨੇ ਤੇ ਬੋਡੀ ਸਟਰਕਚਰ ਬਹੁਤ ਸੋਹਣਾ ਆ ਜਿਹਦੀ ਫੋਟੋ ਤੁਸੀਂ ਡਿਸਪਲੇ ਦੇ ਉੱਪਰ ਦੇਖ ਰਹੇ ਹੋ ਇਸ ਤੋਂ ਅੱਗੇ ਗੱਲ ਕਰਦੇ ਆਂ ਜਰਸੀ ਬੁੱਲ ਰੈਂਬੋ ਬਾਰੇ ਜਿਹਦੀ ਮਾਂ ਨੇ 8200 ਕਿਲੋ ਦੁੱਧ ਦਿੱਤਾ ਪੂਰੇ 305 ਦਿਨਾਂ ਦੇ ਵਿੱਚ ਪਿਓ ਇਹਦਾ ਲੈਮਨ ਹੈਲਡ ਵਰਲਡ ਵਾਈਡ ਸਾਈਜ਼ ਦਾ ਤੇ ਮਾਂ ਹੈਗੀ ਇਹਦੀ ਗੂਸੀ ਬੁੱਲ ਦੀ ਤੇ ਇਸ ਤੋਂ ਅੱਗੇ ਗੱਲ ਕਰਦੇ ਆਂ ਬੁੱਲ ਨੰਬਰ 2 ਜਿਹੜਾ ਜਰਸੀ ਨਸਲ ਦਾ ਨਾਮ ਇਹਦਾ ਨੈਪੋਲੀਨ ਰੱਖਿਆ ਤੇ ਮਾਂ ਨੇ 8400 ਕਿਲੋ ਦੁੱਧ ਦਿੱਤਾ 305 ਦਿਨਾਂ ਦੇ ਵਿੱਚ ਤੇ ਪੀਡੀਐਫ ਮੇਲੇ ਵਿੱਚ 44 ਕਿਲੋ 143 ਗ੍ਰਾਮ ਇੱਕ ਦਿਨ ਚ ਰਿਕਾਰਡ ਕਰਾਇਆ ਤੇ ਪਿਓ ਇਹਦਾ ਵਰਕ ਤੇ ਮਾਂ ਇਹਦੀ ਰੇਬਲ ਦੀ ਬਲੱਡ ਲੈਣ ਦੇ ਵਿੱਚੋਂ ਜੇ ਪਿਓ ਦੀਆਂ ਧੀਆਂ ਦੀ ਗੱਲ ਕਰੀਏ ਤਾਂ ਇਸ ਬੁੱਲ ਦੀਆਂ ਪਿਓ ਦੀਆਂ ਧੀਆਂ ਨੇ 9190 ਦੀ ਐਵਰੇਜ 9190 ਕਿਲੋ ਐਵਰੇਜ ਦੁੱਧ ਕੱਢਿਆ 350 ਦਿਨਾਂ ਦੇ ਵਿੱਚ ਵੀਡੀਓ ਦੇ ਲਾਸਟ ਦੇ ਵਿੱਚ ਜਿਹੜਾ ਸਟਰਾ ਤੁਸੀਂ ਡਿਸਪਲੇ ਉੱਪਰ ਦੇਖ ਰਹੇ ਹੋ ਇਹ ਕੇਸਰੀ ਉਹ ਬੁੱਲ ਦਾ ਜਿਹੜਾ ਪ੍ਰੋਜੈਨੀ ਟੈਸਟਡ ਬੁੱਲ ਆ ਤੇ ਡੁਪਲੀਕੇਸੀ ਤੋਂ ਬਚਣ ਦੇ ਲਈ ਸੀਮਨ ਸਟਰਾ ਦੀ ਫੋਟੋ ਐਡ ਕੀਤੀ ਆ ਐਚ ਐਸ ਬੀ ਦਾ ਜੋ ਵੀ ਸੀਮਨ ਸਟਰਾ ਆਉਂਦੇ ਆ ਡਬਲ ਸਾਈਡ ਪ੍ਰਿੰਟਿੰਗ ਦੇ ਨਾਲ ਆਉਂਦੇ ਆ ਤੇ ਜਿਹੜਾ 바ਰ ਕੋਡ ਆ ਚਾਰੇ ਪਾਸੇ ਰੋਟੇਟ ਕਰਦਾ ਡੁਪਲੀਕੇਸੀ ਤੋਂ ਬਚਣ ਲਈ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ